हेलो फ्रेंड्स, आप जी का मेरे यूट्यूब चैनल में बहुत बहुत स्वागत है। सो अज की वीडियो दे विच असीं डिस्कस करांगे कट ऑफ ईटीटी दे कैटेगरी वाइज। सानू पता है 29 नवंबर नू ईटीटी दा एग्जाम होया सी अते ओदे विच जिहड़ा एग्जाम सी इंटरमीडिएट लैवल दा सी, ना ही ज़्यादा टफ सी अते ना ही ज़्यादा ईजी सी। सो सो एग्जाम सी अते मैं एक पोल पाई सी अपने यूट्यूब चैनल ते कम्युनिटी टैब दे विच, जिहदे विच काफ़ी ज़्यादा कैंडीडेट्स दा रिस्पोंस आया। ओहदे विच मैं पोल पाई सी कि अगर तुसी जनरल कैटेगरी नूं बिलोंग करदे हो तां जिहड़ी तुहाडे उस दे अकॉर्डिंग कट ऑफ बनदी है किन्नी बनदी है। उस तों बाद मैं ओबीसी दा अलग पोल पाया सी, एससी अंडर ओ दैन एससी एम एंड बी कैटेगरी दे वाइज मैं ओहदे विच पोल पाए सी। सो ओहदे जिहड़े रिस्पोंसिज आए आ उहनां रिस्पोंसिज दे अकॉर्डिंग, ठीक है, जिथे मैं प्रोबेबिलिटी कढ़ी है कि जिहड़ी एसटीमेशन है उस दे अकॉर्डिंग जिहड़े तुहाडा कट ऑफ है आऊगी। बाकी ऑफिशियल दा आपां वेट करदे हां। ऑफिशियल जिहड़ियां आंसर कीज़ है ਉਹ ਵੈਬਸਾਈਟ ਤੇ ਅਪਡੇਟ ਹੋ ਗਈਆਂ, ਤੁਸੀਂ ਉੱਥੋਂ ਡਾਊਨਲੋਡ ਕਰ ਸਕਦੇ ਹੋ। ਤਾਂ ਸਭ ਤੋਂ ਪਹਿਲੇ ਦੇਖੋ, ਜੇ ਆਪਾਂ ਗੱਲ ਕਰਦੇ ਹਾਂ ਜਨਰਲ ਕੈਟਾਗਰੀ ਦੀ, ਇਹਦੀ ਜਿਹੜੀ ਤੁਹਾਡੀ ਕੱਟ ਆਫ ਹੈ ਉਹ ਜਾ ਸਕਦੀ ਹੈ 65% ਤੋਂ 75% ਦੇ ਵਿੱਚ, ਠੀਕ ਹੈ ਜੀ। ਜਿਨ੍ਹਾਂ ਦੇ 65 ਤੋਂ 70 75 ਹੈ ਉਹਨਾਂ ਦੀ ਜਿਹੜੀ ਕੱਟ ਆਫ ਇਹਦੇ ਵਿੱਚ ਜਾਊਗੀ 65 ਤੋਂ 75 ਦੇ ਵਿੱਚ। ਓ ਬੀ ਸੀ ਕੈਟਾਗਰੀ ਦੀ ਗੱਲ ਕਰੀਏ, ਇਹਦੇ ਵਿੱਚ 65 ਤੋਂ ਲੈ ਕੇ 70 ਦੇ ਵਿੱਚ ਤੁਹਾਡੀ ਜਾ ਸਕਦੀ ਹੈ ਕੱਟ ਆਫ। ਅਤੇ ਉਸ ਤੋਂ ਬਾਅਦ ਗੱਲ ਆ ਗਈ ਐਸ ਸੀ ਆਂਡਰ ਵੋ, ਇਹਦੇ ਵੀ ਦੇਖੋ ਦੋ ਕੈਟਾਗਰੀਆਂ ਹੈ, ਐਸ ਸੀ ਆਰ ਐਂਡ ਓ ਅਤੇ ਐਮ ਐਂਡ ਬੀ। ਇਹਨਾਂ ਦੀ ਜਿਹੜੀ ਕੱਟ ਆਫ ਹੈ ਨੀਅਰ ਅਬਾਊਟ ਲਾਗੇ ਛਾਗੇ ਰਹਿੰਦੀ ਹੈ, ਜ਼ਿਆਦਾ ਦੂਰ ਨਹੀਂ ਜਾਂਦੀ, ਠੀਕ ਹੈ। ਅਗਰ ਮੈਂ ਗੱਲ ਕਰਦਾ ਆਰ ਐਂਡ ਓ ਦੀ, ਇਹਦੇ ਵਿੱਚ 50 ਤੋਂ 55 ਰਹੂਗੀ। ਅਤੇ ਜੇ ਮੈਂ ਗੱਲ ਕਰਾਂ ਐਮ ਐਂਡ ਬੀ ਦੀ, ਇਹਦੀ ਜਿਹੜੀ ਤੁਹਾਡੀ ਕੱਟ ਆਫ ਹੈ ਇਹ 45 ਤੋਂ 50 ਤੱਕ ਜਾਂਦੀ ਹੈ ਜੀ। ਇਸ ਵਾਰ ਜੋ ਇਗਜ਼ਾਮ ਹੋਇਆ ਉਹਦੀ ਜਿਹੜੀ ਪ੍ਰੋਬੇਬਿਲਿਟੀ ਹੈ ਉਸ ਦੇ ਅਕੋਰਡਿੰਗ ਇਹਨਾਂ ਦੀ ਕੱਟ ਆਫ ਇੰਨੀ ਜਾ ਸਕਦੀ ਹੈ। ਬਾਕੀ ਤੁਹਾਡਾ ਕੀ ਵਿਚਾਰ ਹੈ ਕਿ ਜਿਹੜੀ ਵੀ ਲਾ ਲਓ, ਫੋਰ ਐਗਜ਼ਾਮਪਲ ਜਿੱਦਾਂ ਤੁਸੀਂ ਵੀਡੀਓ ਨੂੰ ਦੇਖਦੇ ਪਏ ਹੋ, ਤੁਸੀਂ ਜਨਰਲ ਕੈਟਾਗਰੀ ਨੂੰ ਬਿਲੋਂਗ ਕਰਦੇ ਹੋ, ਓ ਬੀ ਸੀ ਨੂੰ ਬਿਲੋਂਗ ਕਰਦੇ ਹੋ, ਐਸ ਸੀ ਆਰ ਨੈਰੋ ਪਲੱਸ ਐਸ ਸੀ ਐਮ ਐਂਡ ਬੀ ਪਲੱਸ ਅਦਰ ਕੈਟਾਗਰੀਜ਼ ਨੂੰ ਵੀ ਬਿਲੋਂਗ ਕਰਦੇ ਹੋ, ਉਹ ਵੀ ਜ਼ਰੂਰ ਦੱਸੋ ਤੁਹਾਡੇ ਅਕੋਰਡਿੰਗ ਜਿਹੜੀ ਕੱਟ ਆਫ ਕਿੰਨੀ ਜਾ ਸਕਦੀ ਹੈ। ਨੈਕਸਟ ਵੀਡੀਓ ਦੇ ਵਿੱਚ ਜਿਹੜੇ ਪੋਲ ਦੇ ਹੱਲੇ ਹੋਰ ਵੀ ਜ਼ਿਆਦਾ ਰਿਸਪੋਂਸਿਸ ਆਣੇ ਆ, ਤੁਸੀਂ ਵੀ ਜ਼ਰੂਰ ਪੋਲ ਨੂੰ ਦੇਖਿਓ, ਸਾਡੇ ਯੂਟਿਊਬ ਚੈਨਲ ਦੇ ਕਮਿਟੀ ਟੈਬ ਦੇ ਵਿੱਚ ਹੈਗੀ ਹੈ, ਜ਼ਰੂਰ ਰਿਸਪੋਂਸ ਦਿਓ। ਅਗਰ ਅਦਰ ਕੈਟਾਗਰੀਜ਼ ਜਾਂ ਲਾਈਕ ਸਪੋਰਟਸਮੈਨ ਜਾਂ ਐਕਸ ਸਰਵਿਸਮੈਨ, ਉਹਨਾਂ ਦੀ ਫਿਲਹਾਲ ਹਲੇ ਮੈਂ ਕੋਈ ਨਹੀਂ ਪਾਈ, ਅਗਰ ਤੁਹਾਨੂੰ ਲੱਗਦਾ ਕਿ ਉਹਨਾਂ ਦੀ ਵੀ ਠੀਕ ਹੈ ਕੱਟ ਆਫ ਇੰਨੀ ਜਾ ਸਕਦੀ ਹੈ, ਜ਼ਰੂਰ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰੋ। ਅਗਰ ਫਸਟ ਟਾਈਮ ਸਾਡੇ ਯੂਟਿਊਬ ਚੈਨਲ ਦੇ ਫਰੈਂਡਸ ਵਿਜ਼ਿਟ ਕੀਤਾ ਹੈ ਤੁਸੀਂ, ਤਾਂ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਆ, ਤਾਂ ਜ਼ਰੂਰ ਵੀਡੀਓ ਨੂੰ ਲਾਈਕ ਕਰਿਓ ਫੋਰ ਫਿਊਚਰ ਅਪਡੇਟਸ। ਸੋ ਥੈਂਕ ਯੂ ਫਰੈਂਡਸ ਵਾਚਿੰਗ ਦਿਸ ਵੀਡੀਓ ਐਂਡ ਫੋਰ ਯੂਰ ਵੈਲਿਏਬਲ ਟਾਈਮ।